ਹੁਣ ਦੇਖੋ ਮੇਰੀ ਜੇਬ ਵਿੱਚ ਹੈ ਹੀ ਮਤਲਬ ਕਿ 10,000 ਹੈ ਤੇ ਮੈਂ 20,000 ਦਾ ਜਾਨਵਰ ਕਿਸ ਤਰ੍ਹਾਂ ਖਾਵਾਂਗਾ ਤੁਹਾਨੂੰ ਠੀਕ ਹੈ ਜਾਂ ਮੈਂ ਤੁਹਾਨੂੰ ਕਿਉਂ ਪੈਸੇ ਕੱਢ ਕੇ ਦਿਆਂਗਾ ਅੰਕਲ ਜੀ ਮੇਰੀ ਬਾਤ ਸੁਣੀਏ ਜੋ ਜੇ ਬੰਦਾ ਖੜਾ ਹੈ ਇਹ ਹਮੇ ਕਹਿ ਕੇ ਗਿਆ ਹੈ ਕਿ ਤੁਮ ਲੋਕ 3-17 ਮੈਂ ਪੱਕੇ ਹੋ ਹਮ ਇਸਕੋ ਲੈ ਆਤਾ ਹੈ ਇਹ ਚਸਲਾ ਕੀ ਹੋਇਆ ਕਿ ਹੁਣ ਕੱਲ ਤੋਂ ਸੌਦਾ ਖਰਾਬ ਹੋ ਰਿਹਾ ਸੌਦਾ ਭਾਜੀ ਇਹ ਖਰਾਬ ਹੋ ਰਿਹਾ ਕਿ ਇਹਨੇ ਸਾਨੂੰ ਕਿਹਾ ਸੀ ਕਿ ਭਾਜੀ 2,60,000 ਠੀਕ ਹੈ ਜਾਨਵਰ ਹਾਂ ਹਾਂ ਫਿਰ ਉਸ ਬਾਅਦ ਜੀ ਇਹਨੇ ਕਹੀ ਪੈਸੇ ਗਿਣੋ ਜੀ ਪੈਸੇ ਗਿਣ ਲਏ ਸਾਰੇ ਠੀਕ ਹੈ ਜੀ ਜੀ ਪੈਸੇ ਗਿਣ ਕੇ ਤੇ ਹੁਣ ਕਹਿੰਦੇ ਜੀ ਅਸੀਂ 3,70,000 ਦਾ ਤੁਹਾਨੂੰ ਦੇਣਾ ਲਈ ਯਾਰ ਇਹ ਤਾਂ ਨਹੀਂ ਨਾ ਗੱਲ ਨਹੀਂ ਤੇ ਹੁਣ ਕੀ ਕਹਿ ਰਹੇ ਫਾਈਨਲ ਬਈ ਜਾਨ ਇਹ ਬੰਦਾ ਜਿਹੜਾ ਨਾ ਬੰਦਾ ਇਹ ਬੰਦਾ ਘੰਟਾ ਹੋ ਗਿਆ ਸਾਡੇ ਮਗਰ ਲੱਗਾ ਸਹੀ ਸਹੀ ਨਹੀਂ ਦੀ ਆ ਬਈ ਜਾਨ ਨੇ ਮਾਸ਼ਾਅੱਲਾ ਆਪਣੇ ਤੇ ਸਾਡੇ ਮਗਰ ਲੱਗਾ ਤੇਰੇ ਮਾਰ ਦੇ ਠੀਕ ਹੈ ਨਾ ਹਾਂ ਹਾਂ ਨਹੀਂ ਨਹੀਂ ਜ਼ਾਹਰ ਹੈ 2.5 ਲੱਖ ਰੁਪਇਆ ਹੈਗਾ ਸੌਦਾ ਬਣਾਉਣ ਦੇ ਨਾਲ ਆ ਜਾਨ ਦਾ ਸੌਦਾ ਤੂੰ ਖਰਾਬ ਮੇਰੇ ਕੋਲ ਬਿੱਲ ਆ ਸ਼ਿਟ ਇਹ ਵਾਲੇ ਇਹ ਲੈਣ ਵਾਲੇ ਤੂੰ 5,000 ਉਹ ਭਾਈ ਨੇ ਤੈਨੂੰ ਆ ਮੇਰੀ ਗੱਲ ਸੁਣ ਜੀ ਜੀ ਮੇਰੀ ਗੱਲ ਸੁਣ ਇਹਦੇ ਭਾਈ ਨੇ ਤਾਂ 2,90,000 ਕਹਿਤਾ ਕਰ ਤੇਰੇ ਦੇਖ ਤਾਂ ਆਂਦਾ 2,90,000 ਰੁਪਇਆ ये जी माशाल्लाह इसका सौदा हो रहा है भैया सौदा दिखाते हैं कितनी डिमांड की है जी इन्होंने 5 और आपने कितना लगा दिया 270 जी लगा दिया माशाल्लाह तो आए जी पूछते हैं देखते हैं जाके क्या क्या कह रही है बच्चा लेने आए सॉरी ऊँट लेने आए हुए हैं जी ये देखें ये देखे जी माशाल्लाह और ये जी कैमल की डील चल रही है ठीक है जी चले आए जी देखते हैं नाम चैनल है आपका जी 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 कितने डील का कितना का फर्क है 1,00,000 रुपए का 1,00,000 का फर्क अच्छा अच्छा चले अल्लाह खैर करे यार तो ये कुछ कहना चाह रहे हैं जी भाई सब्सक्राइब बहुत शुक्रिया जी अस्सलाम वालेकुम जी जी नहीं नहीं दस दियो जो गल है कि मसला की होया कि हुण कल तो सौदा खराब हो रहा सौदा भाजी है खराब हो रहा है कि इन्हें सानू कहा सी कि भाजी 2,60,000 ठीक है जानवर हाँ हाँ ਫਿਰ ਉਸ ਬਾਅਦ ਜੀ ਇਹਨੇ ਕਹੀ ਪੈਸੇ ਗਿਣੋ ਜੀ ਪੈਸੇ ਗਿਣ ਲਏ ਸਾਰੇ ਠੀਕ ਹੈ ਜੀ ਜੀ ਪੈਸੇ ਗਿਣ ਕੇ ਤੇ ਹੁਣ ਕਹਿੰਦੇ ਜੀ ਅਸੀਂ 3,70,000 ਦਾ ਤੁਹਾਨੂੰ ਦੇਣਾ ਲਈ ਯਾਰ ਇਹ ਤਾਂ ਨਹੀਂ ਨਾ ਗੱਲ ਨਹੀਂ ਤੇ ਹੁਣ ਕੀ ਕਹਿ ਰਹੇ ਫਾਈਨਲ ਬਈ ਜਾਨ ਇਹ ਬੰਦਾ ਜਿਹੜਾ ਨਾ ਬੰਦਾ ਇਹ ਬੰਦਾ ਘੰਟਾ ਹੋ ਗਿਆ ਸਾਡੇ ਮਗਰ ਲੱਗਾ ਸਹੀ ਸਹੀ ਨਹੀਂ ਦੀ ਆ ਬਈ ਜਾਨ ਨੇ ਮਾਸ਼ਾਅੱਲਾ ਆਪਣੇ ਤੇ ਸਾਡੇ ਮਗਰ ਲੱਗਾ ਤੇਰੇ ਮਾਰ ਦੇ ਠੀਕ ਹੈ ਨਾ ਹਾਂ ਨਹੀਂ ਨਹੀਂ ਜ਼ਾਹਰ ਹੈ 2.5 ਲੱਖ ਰੁਪਇਆ ਹੈਗਾ ਸੌਦਾ ਬਣਾਉਣ ਦੇ ਨਾਲ ਹੁੰਦਾ 2.5 ਲੱਖ ਰੁਪਇਆ ਸਾਡੇ ਕੋਲ ਹੈਗਾ ਜੀ ਜੀ ਲੇਕਿਨ ਇਹਨੇ ਕਹੀ ਯਾਰ ਮੈਂ ਤੁਹਾਨੂੰ ਨਾ 3.5 ਮੰਗਦਾ ਪਿਆ ਤੁਹਾਨੂੰ ਮੈਂ ਕੋਈ 270 ਮਤਲਬ ਬਣਵਾ ਦਿਆਂਗਾ ਸਹੀ ਹੋ ਚਲੋ ਆਹ ਚੀਜ਼ ਹੁਣ ਬੰਦਾ ਪੈਸੇ ਪੂਸੇ ਸਾਡੇ ਗਿਣ ਗਏ ਆ ਸਾਰੇ ਜੀ ਜੀ ਆ ਗਿਣ ਗੁਣ ਕੇ ਪੈਸੇ ਹੁਣ ਕਹਿੰਦਾ ਜੀ ਕਿ ਸਾਨੂੰ 3,60,000 ਨਹੀਂ ਯਾਰ ਇਸ ਤਰ੍ਹਾਂ ਕੋਈ ਥੋੜਾ ਬਹੁਤ ਕਰੋ ਯਾਰ ਕੋਈ ਕਮੀ ਪੇਸ਼ੀ ਕੱਢੋ ਯਾਰ ਜਿਹੜੇ ਭਾਈ ਵੀ ਗੱਲ ਕਰ ਰਹੇ ਨਹੀਂ ਬਚਦੀ ਇਹ ਆਖੇ ਪੈਸੇ ਕਹਣ ਲਾ ਪੈਸੇ ਪੂਰੇ ਥੇ ਮੈਂ 3,70,000 ਦੇ ਆਖਦਾ ਖਣਾ ਇਹ 2,70,000 ਭਾਈ ਤੂੰ 3,70,000 ਕਹਿੰਦਾ ਸੀ ਤੈਨੂੰ ਪੈਸੇ ਦੇਣੇ ਹੀ ਨਹੀਂ ਸੀ ਦੇਣੇ ਨਹੀਂ ਸੀ ਜੇ ਮੈਂ 2,50,000 ਦੇ ਅਸੀਂ ਤੈਨੂੰ ਕਿਹਾ ਇਵੇਂ ਪੈਸੇ ਮੈਂ ਦੋਰੀ ਫੇ ਫੜੇ 5,000 10,000 ਕਰਕੇ 2,70,000 ਤੋਂ ਜਾ ਕੇ ਤੂੰ ਪੈਸੇ ਕਿੰਨੇ ਸ਼ੁਰੂ ਕੀਤੇ ਚਲ ਯਾਰ ਜਿਹੜੇ ਕੋਈ ਹੈ ਕੋਈ ਕੱਢੋ ਕਮੀ ਪੇਸ਼ੀ ਗੱਲ ਸੁਣੋ ਆ ਦੇਖੋ ਨਾ ਉਹ ਵੀ ਮਾਸ਼ਾਅੱਲਾ 2-3 ਬੰਦੇ ਉਹਨਾਂ ਨੂੰ ਗਲਤੀ ਤਾਂ ਨਹੀਂ ਨਾ ਹੋ ਸਕਦੀ ਹੈ ਠੀਕ ਹੈ ਨਾ ਯਾਰ ਇਹ ਬੰਦਾ ਇਹਨਾਂ ਦਾ ਹੀ ਹੈ ਨਾ ਸਾਨੂੰ ਉਹ ਥੋੜੇ ਆ ਘੰਟਾ ਫੇੜ ਕੇ ਅੱਛਾ 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 ਹੈ ਵੀ ਕਰੋ ਯਾਰ ਠੀਕ ਹੈ ਨਾ
पैसे गिनाने जेबों च पैसे कढ़ा के तू मतलब के 260 तू क्या ठीक है ना फिर 260 आ गया जो पैसे तू गिने नाल तू 1,00,000 रुपया वधा दिता फट के यार भाई करो यार को थोड़ा बहुत है चलो फिर थोड़ा बहुत कट करो ना तुम दसो सही यार कोई अपना अपना थोड़ा जा कट करो तो थोड़ा जा 290 दे दिए हेलो माशा कट्ठा उन्होंने 20 वधा लिया वारदात होगी पैसे नहीं फिर तुम जिम्मेदार हो गए साडे को पैसे कढ़ा लेने सारे को चेक करो किन्ने पैसे ने इन्हां दे कोल यार चलो तुसी अपना दसो तो सही हूँ अपना कुछ दसो मुँह तो हूँ बोलो तुसी के जड़ी एक गल सी कहती है 370 दे नहीं ना हूँ देखो हूँ देखो मेरी जेब विच है ही मतलब 10,000 है तो मैं 20,000 दा जानवर किस तरह कहांगा तुहानू ठीक है या मैं तुहानू क्यों पैसे कट के देंगा अंकल जी मेरी बात सुनिए जो जे बंदा खड़ा है ये हमें कह के गया है कि तुम लोग 370 में पके हो हम इसको ले आता है ये चला गया इनको कह के आए 270 असानु कह के 370 270 गिन के फिर उस जेबों च पैसे कढ़ा के चेक कितने नहीं यार ये 10-20 लेने वाले यार मेरी गल सुनो तुसी दो में माशाल्लाह तुसी भाई जी आपस में हूं तुसी आपस में मशवरा करके दसो ना कि ਤੁਹਾਡੀ अंडरस्टैंडिंग जेड़ी है ਤੁਹਾਡੇ ਦੋਵਾਂ ਦੀ ਹੋਈ ਹੈ ਇਦਾਂ ਹੀ ਹੈ ਨਾ ਤੁਹਾਡੀ ਤੇ ਆ ਭਾਈ ਕੌਣ ਸੀ ਹੈ ਇਹਨਾਂ ਨੇ ਸੌਦਾ ਤੈਅ ਤਾਂ ਨਹੀਂ ਕੀਤਾ ਥਾ ਨਾ ਨਹੀਂ ਕੀਤਾ ਤਾਂ ਯਾਰ ਤੈਅ ਹੋ ਗਿਆ ਹੀ ਤੇ ਉਹ ਭਾਈ ਲੈ ਕੇ ਆਇਆ ਇਹਨਾਂ ਨੂੰ ਬੁਲਾ ਕੇ ਤਾਂ ਤੈਅ ਹੋਇਆ ਤਾਂ ਤੁਸੀਂ ਪੈਸੇ ਕਿੰਨੇ ਸ਼ੁਰੂ ਕਰ ਚੱਲ ਯਾਰ ਛੱਡ ਦੇ ਹੁਣ ਤੈਨੂੰ ਕਹਿ ਦੇ ਰਹੇ ਨੇ ਹੁਣ 90 ਤੀਕਰ ਕਰਦਾ ਬਸ 290 ਤੁਹਾਨੂੰ ਦੇ ਦਿੰਨੇ ਆ ਚਲੋ ਯਾਰ ਮਾਸ਼ਾਅੱਲਾ ਤਾਂ ਹੋਰ ਤੁਸੀਂ ਲੈਣਾ ਯਾਰ290,000 ਹੁਣੇ ਮੌਕੇ ਤੇ चलो चलो कोई नहीं यार नहीं जी डील मुश्किल लग रही है जी चलें आओ जी चलें आगे देखते हैं तो डील तो जी नहीं हुई चलें आए भाई लेके जाते हैं कहीं और जाके देखते हैं सौदा ठीक है जी ठीक है जी पैसे लेना ठीक है ना साड़ियां जेबां पैसे कढ़ा के चेक कीते ने भैन च किन्ने पैसे ने हुण पैसे गिण गुण के 5,000 भी जदों कट दिंदे ते सानू यार किसे पासे ते खलोवो तुसी ਪੈਸੇ ਹੱਥ ਪੈਸੇ ਤਾਂ ਗੜੇ ਨੇ ਭਲਾ ਮੈਂ ਕੁੱਤੇ ਨੂੰ ਕਿਹਾ ਸ਼ੁਕਰ ਖੜਾ ਲਾ ਖੜਾ ਲਾ ਗਏ ਹਾਂ ਕਿ ਜੋ ਮੈਂ ਚਾਹ ਤੈਨੂੰ ਨਹੀਂ ਚਾਹ ਤੈਨੂੰ ਉਹ ਕਹਿਣ ਨਹੀਂ ਫਿਰ ਹਣ
2,45,000 गल हो गई।